ਹੈਲੋ ਫਰੈਂਡਸ ਅੱਜ ਆਪਾਂ ਗੱਲ ਕਰਾਂਗੇ ਐਸਈ ਸਟ੍ਰੀਮ ਦੀ ਜਿਹੜੀ ਬੜੀ ਯੂਨਿਕ ਆ ਜਿਹਦੇ ਵਿੱਚ ਨਾ ਤੁਹਾਨੂੰ ਐਜੂਕੇਸ਼ਨ ਦੀ ਜ਼ਰੂਰਤ ਆ ਨਾ ਫਿਰ ਤੁਹਾਨੂੰ ਆਇਲਸ ਤੇ ਸਕੋਰ ਦੀ ਜ਼ਰੂਰਤ ਹੈਗੀ ਹੈ ਇਨ ਆਰਡਰ ਟੂ ਬੀ ਐਲੀਜੀਬਲ ਅਗਰ ਇਹਨਾਂ ਤੋਂ ਬਿਨਾਂ ਵੀ ਅਗਰ ਤੁਹਾਡੇ ਸਕੋਰ ਬੰਦੇ ਹੈਗੇ ਆ ਜਦੋਂ ਡਰਾਅ ਨਿਕਲਦਾ ਤੁਸੀਂ ਇਸ ਸਟ੍ਰੀਮ ਦੇ ਵਿੱਚ ਆਪਣੀ ਫਾਈਲ ਲਾ ਸਕਦੇ ਹੋ ਇਹ ਜਿਹੜੀ ਯੂਨਿਕ ਸਟ੍ਰੀਮ ਹੈ ਜਿਹਦੇ ਬਾਰੇ ਬਹੁਤ ਥੋੜੇ ਲੋਕਾਂ ਨੂੰ ਪਤਾ ਹੈ ਤੇ ਇੰਨੀ ਜ਼ਿਆਦਾ ਇਨਫੋਰਮੇਸ਼ਨ ਵੀ ਨਹੀਂ ਹੈਗੀ ਉਹ ਹੈਗੀ ਆ অন্ਟਾਰੀਓ ਦੀ ੈਂਪਲੋਇਰ ਜੌਬ ਆਫਰ ਫੋਰਨ ਵਰਕਰ ਸਟ੍ਰੀਮ ਬਹੁਤ ਹੀ ਵਧੀਆ ਸਟਰੀਮ ਹੈ ਅਪਾਇਦੀ ਸਾਰੀ एलिਜੀਬਿਲਟੀ ਜੌਬ ਰਿਕੁਆਇਰਮੈਂਟਸ ਪ੍ਰੋਸੈਸ ਦੀ ਗੱਲ ਕਰਾਂਗੇ ਤੇ ਈਵਨ ਸਕੋਰ ਕਿਦਾਂ ਕੈਲਕੂਲੇਟ ਕਰਨੇ ਉਹਦੀ ਵੀ ਗੱਲ ਕਰਾਂਗੇ ਤੇ ਇਸ ਤੋਂ ਪਹਿਲਾਂ ਲੈਟ ਮੀ ਇੰਟਰੋਡਿਊਸ ਮਾਈਸੈਲਫ ਮੇਰਾ ਨਾਮ ਦਿਲਸੰਧੂ ਤੇ ਮੈਂ ਆ ਸੀ ਆਈ ਸੀ ਸੀ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਬੇਸਡ ਆਊਟ ਆਫ অন্ਟਾਰੀਓ ਕੈਨੇਡਾ ਤੇ ਮੈਂ ਕਾਫੀ ਸਾਰੇ ਵੀਡੀਓਜ਼ ਬਣਾਈਆਂ ਹੈਗੀਆਂ ਪੀ ਐਨ ਪੀ ਤੇ ਇਮੀਗ੍ਰੇਸ਼ਨ ਪਾਥਵੇਜ਼ ਟ੍ਰਿਕਸ ਤੇ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮੈਂ ਕਾਫੀ ਵੀਡੀਓਜ਼ ਦੇਖ ਕੇ ਦੋ ਪੋਸਟ ਕਰਦਾ ਹਰ ਵੀਕ so I, have, i hope you will find those useful as well so without any further do let me dive into today's uh, topic so jeda apna hai ga ontario di employer job offer foreign worker stream sab to pehla overview eh stream foreign worker stream isliye hai kyunki jede foreign workers hai stream ch eligible hai unna nu sirf yahan tak experience chida ya license hona chahida hai in order to qualify in a skilled occupation te oda jeda basis hai wo hai ki job offer from an eligible employer in ontario right so a permanent immigration da pathway hai so jehdi job offer hai oh skilled occupation ch honi chahidi hai jada matlab hai ki tier 0 1 2 ya 3 ch te eh jehdi stream hai eh both open hai ki hai for foreign workers in and outside canada so tuhanu canada ch us time hon di zarurat nahi hai jis time tusi apply kita tusi outside canada vi apply kar sakde ho ਸੋ ਇਹ ਐਕਸਪ੍ਰੈਸ਼ਨ ਆਫ ਇੰਟਰਸਟ ਈਮੈਲ ਜਿਹਦਾ ਮਤਲਬ ਹੈ ਕਿ ਪਹਿਲਾਂ ਤੁਸੀਂ ਪ੍ਰੀ ਐਪਲੀਕੇਸ਼ਨ ਕਹਿੰਦੇ ਜਿਹਨੂੰ ਐ ਸਮਝ ਲਓ ਐਕਸਪ੍ਰੈਸ਼ਨ ਆਫ ਇੰਟਰਸਟ ਇਜ਼ ਲਾਈਕ ਪ੍ਰੀ ਐਪਲੀਕੇਸ਼ਨ ਜੇ ਤੁਹਾਨੂੰ ਇਨਵੀਟੇਸ਼ਨ ਆ ਜਾਂਦਾ ਫਿਰ ਤੁਸੀਂ ਐਪਲੀਕੇਸ਼ਨ ਸਬਮਿਟ ਕਰਨੀ ਹੰਟਾਰੀਓ ਨੂੰ ਤੇ ਉੱਥੋਂ ਨਾਮਿਨੇਸ਼ਨ ਮਿਲ ਜਾਂਦੀ ਹੈ ਤੇ ਉਹ ਨਾਮਿਨੇਸ਼ਨ ਸਰਟੀਫਿਕੇਟ ਯੂਜ਼ ਕਰਕੇ ਤੁਸੀਂ ਆਪਣੀ ਨਾਨ ਐਕਸਪ੍ਰੈਸ ਐਂਟਰੀ ਦੇ ਵਿੱਚ ਪੀਆਰ ਲਾ ਦੇਣੀ ਹੈ ਫੈਡਰਲ ਲੈਵਲ ਤੇ ਓਕੇ ਸੋ ਹੁਣ ਆਪਾਂ ਗੱਲ ਕਰਦੇ ਆ ਜੌਬ ਰਿਕੁਆਇਰਮੈਂਟਸ ਪਹਿਲੀ ਚੀਜ਼ ਹੈ ਕਿ ਕਿ ਜੋਬ ਰੈਡੀ ਹੈਗੀ ਹੈ ਉਹ ਫੁੱਲ ਟਾਈਮ ਹੋਣੀ ਚਾਹੀਦੀ ਹੈ ਤੇ ਪਰਮਨੈਂਟ ਪੋਜੀਸ਼ਨ ਫੁੱਲ ਟਾਈਮ ਮੀਨਸ ਕਿ ਮਿਨੀਮਮ 30 ਆਵਰਸ ਪਰ ਵੀਕ ਜਿਹੜਾ ਹੈਗਾ ਪੇਡ ਇਮਪਲੋਇਮੈਂਟ ਤੇ ਪਰਮਨੈਂਟ ਮੀਨਸ ਕਿ ਕੋਈ ਐਂਡ ਡੇਟ ਨਹੀਂ ਹੋਣੀ ਚਾਹੀਦੀ ਐਲੀਜੀਬਲ ਓਕਿਊਪੇਸ਼ਨ ਦੀ ਆਪਾਂ ਗੱਲ ਕਰ ਲਈ ਕਿ ਟਾਇਰ 01 2 ਜਾਂ 3 ਚ ਹੋਣੀ ਚਾਹੀਦੀ ਹੈ ਤੇ ਤੀਜੀ ਚੀਜ਼ ਜਿਹੜੀ ਬੜੀ ਇੰਪੋਰਟੈਂਟ ਹੈਗੀ ਹੈ ਕਿ ਇਹ ਮੀਡੀਅਨ ਵੇਜ ਲੈਵਲ ਹੋਣੀ ਚਾਹੀਦੀ ਤੁਹਾਡੀ ਜਿਹੜੀ ਜੋਬ ਆਫਰ ਹੈ ਸੋ ਮੀਡੀਅਨ ਵੇਜ ਕਿੱਥੋਂ ਪਤਾ ਲੱਗਦਾ ਉਹ ਜਿਹੜੀ ਇਨਫੋਰਮੇਸ਼ਨ ਹੈ ਅਵੇਲੇਬਲ ਹੈ ਜੌਬ ਬੈਂਕ 'ਚ ਜੌਬ ਬੈਂਕ 'ਚ ਜਾ ਕੇ ਅਗਰ ਤੁਸੀਂ ਆਪਦਾ ਨੌਕ ਕੋਡ ਪਾਉਂਗੇ ਜਾਂ ਆਪਣਾ ਜਿਹੜਾ ਜੌਬ ਟਾਈਟਲ ਪਾਉਂਗੇ ਉਹ ਤੁਹਾਨੂੰ ਦੱਸ ਦੂਗਾ ਏਟ ਪਾਰਟਿਕੂਲਰ ਜਿਹੜਾ ਰੀਜਨ ਹੈ ਕਿਹੜਾ ਰੀਜਨ ਹੈ ਕੈਨਟਾਰੀਓ ਦਾ ਉਸ ਰੀਜਨ 'ਚ ਉਹਦੀ ਮੀਡੀਅਨ ਵੇਜ ਕਿੰਨੀ ਹੈ ਉਸ ਤੋਂ ਜ਼ਿਆਦਾ ਹੋਣੀ ਚਾਹੀਦੀ ਜਾਂ ਉਤਨੀ ਓਨੀ ਹੋਣੀ ਚਾਹੀਦੀ ਪਰ ਉਸ ਤੋਂ ਘੱਟ ਨਹੀਂ ਹੋ ਸਕਦਾ ਘੱਟ ਇੱਕੋ ਸਰਕਮਸਟੈਂਸ ਹੋ ਸਕਦੀ ਹੈ ਅਗਰ ਉਹ ਤੁਹਾਡਾ ਕਲੈਕਟਿਵ ਐਗਰੀਮੈਂਟ ਕਲੈਕਟਿਵ ਐਗਰੀਮੈਂਟ ਮਤਲਬ ਜਿਵੇਂ ਕੋਈ ਯੂਨੀਅਨ ਪੋਜੀਸ਼ਨ ਹੈ ਉਸ ਕੇਸ ਜੋ ਹੈਗੀ ਹੈ ਵੇਚ ਉਹ ਚੱਲ ਸਕਦੀ ਘੱਟ ਵੀ ਚੱਲ ਸਕਦੀ ਮੀਡੀਅਮ ਵੇਜ ਤੋਂ ਅਦਰਵਾਈਜ਼ ਹੋਰ ਬਹੁਤ ਰੇਅਰ ਹੀ ਕੁਝ ਐਕਸੈਪਸ਼ਨਸ ਹੈਗੀਆਂ ਜਿਨ੍ਹਾਂ ਵਿੱਚ ਇਹ ਚੀਜ਼ ਹੋ ਸਕਦੀ ਹੈ ਫਿਰ ਹੈਗੇ ਜੀ ਪੋਜੀਸ਼ਨ ਇਜ਼ ਅਰਜੈਂਟਲੀ ਨੈਸੈਸਰੀ ਟੂ ਏਮਪਲॉयਰਸ ਬਿਜ਼ਨਸ ਆਫਕੋਰਸ ਜਿਹੜਾ ਹੋਲ ਪ੍ਰੀਮਿਸ ਹੈਗਾ ਇਸ ਪਾਰਟिकुलर ਸਟ੍ਰੀਮ ਦਾ ਕਿ ਵੀ ਤੁਹਾਨੂੰ ਜੇ ਏਪਲੋਰ ਜੌਬ ਆਫਰ ਦੇ ਰਹੇ ਤੁਸੀਂ ਛੇਤੀ ਛੇਤੀ ਆਪਣਾ ਵਰਕ ਪਰਮਿਟ ਅਪਲਾਈ ਕਰਕੇ ਕੈਨੇਡਾ ਦੇ ਵਿੱਚ ਕੰਮ ਸ਼ੁਰੂ ਕਰੋਗੇ ਰਾਈਟ ਐਂਡ ਵਰਕ ਮਸਟ ਬੀ 베ਸਡ ਇਨ 온ਟਾਰੀਓ that is the understood ਕਿਉਂਕਿ 온ਟਾਰੀਓ ਦੇ ਪੀਐਨਪੀਆ ਜਿਹੜਾ ਕੰਮ ਹੈ ਜਾਂ ਜਿਹੜੀ ਪੋਜੀਸ਼ਨ ਉਹ 온ਟਾਰੀਓ ਚ ਹੀ ਉਹਦਾ ਪ੍ਰਾਇਮਰੀ ਜਿਹੜੀ ਹੈਗੀ ਹੈ ਆ ਹੋਣੀ ਚਾਹੀਦੀ ਹੈਗੀ ਪੋਜੀਸ਼ਨ no equity more than or equal to 10% so ਇਹ ਨਹੀਂ ਕਿ ਤੁਸੀਂ ਆਪ ਦਾ ਹੀ ਕੋਈ ਆਪ ਦਾ ਬਿਜ਼ਨਸ ਲਾ ਰਹੇ ਹੋ ਤੇ ਉਹ ਚਾਹਦੇ ਆਪਨੇ ਐਮਪਲੋਈ ਬਣਾ ਲੈ ਉਹ ਨਹੀਂ ਚੱਲ ਸਕਦਾ ਉਹ ਕਹਿੰਦੇ ਕਿ ਜਿਹੜੀ ਜਿਹੜਾ ਤੁਹਾਡੀ ਸ਼ੇਅਰ ਹੋਲਡਿੰਗ ਹੈਗੀ ਹੈ ਉਹ 10% ਜਾਂ 10% ਤੋਂ ਉੱਪਰ ਵੀ ਨਹੀਂ ਹੋ ਸਕਦੀ ਤੇ ਵੈਸੇ ਤਾਂ ਕੋਈ ਸ਼ੇਅਰ ਹੋਲਡਿੰਗ ਨਹੀਂ ਹੋ ਸਕਦੀ ਤੇ ਜੇ ਸ਼ੇਅਰ ਹੋਲਡਿੰਗ ਹੈ ਵੀ ਆ ਇਟ ਸ਼ੁੱਡ ਬੀ ਪਾਰਟ ਆਫ ਦਾ ਰਿਮਿਨਰੇਸ਼ਨ ਉਹ ਤੁਹਾਨੂੰ ਐਜ਼ ਅ ਸਟਾਕ ਆਪਸ਼ਨ ਮਿਲਿਆ ਹੋਣੀ ਚਾਹੀਦੀ ਹੈ ਕੰਪਨੀ ਤੋਂ ਨਾਟ ਲੈਟ ਕਿ ਤੁਸੀਂ ਆਪ ਬਾਏ ਕਰਕੇ ਸ਼ੇਅਰ ਹੋਲਡਿੰਗ ਬਾਏ ਕੀਤੀ ਹੋਈ ਹੈ ਫਿਰ ਹੈ ਐਪਲੀਕੈਂਟ ਰਿਕੁਆਇਰਮੈਂਟਸ ਜਿਵੇਂ ਕਿ ਦੱਸਿਆ ਕਿ ਪਹਿਲਾਂ ਇਹ ਐਕਸਪ੍ਰੈਸ਼ਨ ਆਫ ਟਰਸਟ ਕ੍ਰੀਏਟ ਕਰਨਾ ਫਿਰ ਤੁਹਾਨੂੰ ਇਨਵੀਟੇਸ਼ਨ ਆਣਾ ਫਿਰ ਉਸ ਤੇ ਬੇਸ ਤੇ ਤੁਸੀਂ ਅਪਲਾਈ ਕਰਨਾ ਹੁਣ ਜਿਹੜਾ ਸੈਕੰਡ ਪੁਆਇੰਟ ਆ ਕਾਫੀ ਇੰਟਰਸਟਿੰਗ ਹੈ ਕਿ ਜਿਹੜਾ ਵਰਕ ਐਕਸਪੀਰੀਅੰਸ ਹੈ ਉਹਦੇ ਚ ਦੋ ਆਪਸ਼ਨਸ ਹੈਗੀਆਂ ਜਾਂ ਤਾਂ ਤੁਹਾਡੇ ਕੋਲੇ ਅਗਰ ਤਾਂ ਤੁਹਾਡਾ ਜਿਹੜਾ ਜੌਬ ਆਫਰ ਹੈ ਉਹ ਓਕਿਪੇਸ਼ਨ ਐਸਾ ਹੈ ਕਿ ਜਿਸ ਵਿੱਚ ਮੰਡਟਰੀ ਲਾਇਸੈਂਸ ਚਾਹੀਦਾ ਹੈ ਜਾਂ ਅਦਰ ਅਥਾਰਾਈਜੇਸ਼ਨ ਚਾਹੀਦੀ ਹੈ ਅਨਟਾਰੀਓ ਚ ਤਾਂ ਤੁਹਾਡੇ ਕੋਲ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਹੈ ਜਾਂ ਅਥਾਰਾਈਜੇਸ਼ਨ ਹੋਣੀ ਚਾਹੀਦੀ ਹੈ ਫਰ ਅਪਰੋਪਰੀਏਟ ਰੈਗੂਲੇਟਰੀ ਬਾਡੀ ਇਨ ਅਨਟਾਰੀਓ ਐਟ ਦਾ ਟਾਈਮ ਆਫ ਅਪਲੀਕੇਸ਼ਨ ਥਿਸ ਕੁਡ ਬੀ ਜੇਮ ਸਕਿਲ ਟ੍ਰੇਡਸ ਦੇ ਵਿੱਚ ਹੈਗੇ ਹਨ ਮੋਸਟ ਸਟ੍ਰੀਮਸ ਉਹਦੇ ਵਿੱਚ ਅਗਰ ਕੋਈ ਤੁਹਾਡੀ ਲਾਇਸੈਂਸ ਚਾਹੀਦਾ ਜਿਵੇਂ ਪਲੰਮਰ ਜਾਂ ਕੋਈ ਵੀ ਉਹ ਤੁਹਾਡੇ ਕੋਲੇ ਹੋਣਾ ਚਾਹੀਦਾ ਅਦਰਵਾਇਜ਼ ਤੁਹਾਡੇ ਕੋਲੇ ਅਗਰ ਉਹ ਮੰਡੀਟਰੀ ਲਾਇਸੈਂਸ ਜਾਂ ਅਥੋਰਾਈਜੇਸ਼ਨ ਨਹੀਂ ਚਾਹੀਦੀ ਉਸ ਪਾਰਟਿਕুলਰ ਓਕਿਪੇਸ਼ਨ ਲਈ ਤਾਂ ਤੁਹਾਡੇ ਕੋਲੇ 2 ਸਾਲ ਪੁਰਾਣਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਗੇਨਡ ਵਿਥਿਨ ਲਾਸਟ 5 ਇਅਰਸ ਇਨ ਦ ਸੇਮ ਓਕਿਪੇਸ਼ਨ ਜਿਹੜੇ ਓਕਿਪੇਸ਼ਨ ਤੁਹਾਨੂੰ ਜੌਬ ਆਫਰ ਮਿਲੀ ਹੈ ਰਾਈਟ ਤੇ ਜਿਵੇਂ ਤੀਜਾ ਪੁਆਇੰਟ ਆਫ ਅੰਡਰਸਟੂਡ ਅ ਵੈਲਿਡ ਲਾਇਸੈਂਸ ਜਾਂ ਅਦਰ ਅਥੋਰਾਈਜੇਸ਼ਨ ਜੇ ਐਪਲੀਕੇਬਲ ਹੈ ਇੰਟੈਂਸ਼ਨ ਟੂ ਲਿਵ ਇਨ 온ਟਾਰੀਓ ਕਿ ਵੀ ਤੁਹਾਡੀ ਇੰਟੈਂਸ਼ਨ ਹੋਣੀ ਚਾਹੀਦੀ ਹੈ ਕਿ ਜੇ ਤੁਹਾਨੂੰ ਪਾ ਮੰਗ ਰਿਹਾ ਇਸ ਪਹਿਲੇ ਤੋਂ ਤੁਸੀਂ 온ਟਾਰੀਓ ਚ ਹੀ ਰਹਿਣਾ ਤੇ ਉੱਥੇ लीगल स्टेटस इन कैनेडा जो कैनेडा तो अपलाई कर रहे हो नहीं कि आउट ऑफ स्टेटस हो तो विस्टर रैकर्ड हो स्टडी परमिट हो वर्क परमिट होट द टाइम यू अपलाई तो जो स्टेटस मेनटेन करके रखना है टाइम ऑफ नॉमीनेशन हम आप गल करते हैं इंपलॉयर रिक्वायरमेंट्स सो सब तो पहली गल है कि इंप्लायर शुड भी एक्टिव फॉर एटलीस्ट थ्री ईयरस ਤੇ ਹੁਣ ਜਿਹੜੀਆਂ ਉਹ ਮੈਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕੀਤੀ ਹੈ ਇਟ ਡਸਨਟ ਮੀਨ ਕਿ ਸਾਰੀ ਇਨਫੋਰਮੇਸ਼ਨ ਮੈਂ ਤੁਹਾਨੂੰ ਜਿਹੜੀ ਮੇਨ ਚੀਜ਼ਾਂ ਉਹ ਦੱਸ ਰਿਹਾ ਅਗਰ ਤੁਸੀਂ ਇਸ ਦੀ ਵੈਬਸਾਈਟ ਤੇ ਜਾਓਗੇ ਵੈਬ ਪੇਜ ਤੇ ਉੱਥੇ ਕਾਫੀ ਡਿਟੇਲਸ ਦੱਸਿਆ ਹੋਇਆ ਹੈ ਕਿ ਕੀ ਕੀ ਐਗਜ਼ੈਕਟ ਰਿਕੁਆਇਰਮੈਂਟਸ ਹੈਗੇ ਸੋ ਪ੍ਰੈਮਿਸਿਸ ਹੋਣਾ ਚਾਹੀਦਾ অন্ਟਾਰੀਓ ਦੇ ਵਿੱਚ ਤੇ ਇੱਕ ਚੀਜ਼ ਇੰਪੋਰਟੈਂਟ ਹੈ ਕਿ ਅਗਰ ਜਿਹੜਾ ਜਿਹਨੂੰ ਆ ਵੀ ਰਿਕਰੂਟ ਕਰ ਰਿਹਾ ਜੇਲੇ ਸੇ ਫੋਰਨ ਵਰਕਰ ਹੈ ਉਹਦੇ ਕੋਲ ਪਹਿਲਾਂ ਹੀ ਵਰਕ ਪਰਮਿਟ ਕੈਂਡੀਡੇਟ ਚ ਨਹੀਂ ਹੈਗਾ ਤਾਂ ਜਿਹੜਾ ਇੰਪਲੋਇਰ ਨੂੰ ਡੈਮੋਨਸਟ੍ਰੇਟ ਕਰਨਾ ਪੈਣਾ ਕਿ ਵੀ ਉਹਨਾਂ ਨੇ ਕੋਸ਼ਿਸ਼ ਕੀਤੀ ਸੀ ਕੈਨੇਡੀਅਨ ਸਰਟੀਫਿਕੇਟ ਜਾਂ ਪਰਮਨੈਂਟ ਰੈਜ਼ੀਡੈਂਟ ਨੂੰ ਰਿਕਰੂਟ ਕਰਨ ਦੀ ਬਿਫੋਰ ਆਫਰਿੰਗ ਦਿਸ ਪੋਜੀਸ਼ਨ ਫਿਰ ਰੈਵਨਿਊ ਰਿਕੁਆਇਰਮੈਂਟਸ 1 ਮਿਲੀਅਨ ਦਾ ਰੈਵਨਿਊ ਹੋਣਾ ਚਾਹੀਦਾ ਜੇ ਜੀਟੀਐਚ ਹੈਗੀ ਆ ਜੌਬ ਪੋਜੀਸ਼ਨ ਤੇ ਜੇ ਆਊਟਸਾਈਡ ਜੀਟੀਏ ਹੈਗੀ ਤਾਂ 5 ਲੱਖ ਤੇ ਫੁੱਲ ਟਾਈਮ ਏਮਪਲੋਇਜ਼ ਹੈ ਅਗਰ ਦਾ ਪੋਜੀਸ਼ਨ ਜੀਟੀਏ ਦੇ ਵਿੱਚ ਹੈ ਤਾਂ 5 ਫੁੱਲ ਟਾਈਮ ਏਮਪਲੋਇਜ਼ ਹੋਣੇ ਚਾਹੀਦੇ ਜਿਹੜੇ ਕੈਨੇਡੀਅਨ ਸਿਟੀਜ਼ਨ ਜਾਂ ਫਿਰ ਪਰਮਨੈਂਟ ਰੈਜ਼ੀਡੈਂਟ ਹੈਗੇ ਆ ਨਹੀਂ ਤਾਂ 3 ਚਾਹੀਦੇ ਆ ਤੇ ਲਾਸਟ ਪਰ ਨਾਟ ਦਾ ਲਿਸਟ ਕੀ ਜਿਹੜਾ ਏਮਪਲੋਇਰ ਫਾਰਮ ਹੈ ਉਹ ਸਾਈਨ ਹੋਣਾ ਚਾਹੀਦਾ ਸੋ ਏਮਪਲੋਇਰ ਫਾਰਮ ਇਜ਼ ਨਾਟ ਜੌਬ ਆਫਰ ਏਮਪਲੋਇਰ ਫਾਰਮ ਇੱਕ ਇਹਨਾਂ ਨੇ ਫਾਰਮੈਟ ਦਿੱਤਾ ਜਿਹਦਾ ਫਾਰਮ ਨੰਬਰ ਹੈ 09009 0233E ਸੋ ਇਹ ਜਿਹੜਾ ਫਾਰਮ ਹੈਗਾ ਇਹ ਬੋਥ ਫ੍ਰੈਂਚ ਅਵੇਲੇਬਲ ਇੰਗਲਿਸ਼ ਅਵੇਲੇਬਲ ਹੈ ਉਹਨੂੰ ਤੁਸੀਂ ਡਾਊਨਲੋਡ ਕਰਕੇ ਦੇਖ ਸਕਦੇ ਹੋ ਕਿ ਵੀ ਉਹਦੇ ਜਿਹੜੀਆਂ ਏਮਪਲੋਇਰ ਨੂੰ ਉਹ ਫਾਰਮ ਭਰਨਾ ਤੇ ਉਸ ਤੋਂ ਇਲਾਵਾ ਵੀ ਐਡੀਸ਼ਨਲ ਰਿਕੁਆਇਰਮੈਂਟਸ ਮੰਗ ਸਕਦੇ ਆ ਕਈ ਵਾਰੀ ਉਹ ਵੀ ਮੰਗ ਸਕਦੇ ਆ ਕਿ ਵੀ ਤੁਸੀਂ ਦਿਖਾਓ ਸਾਨੂੰ ਆਪਣਾ T2 ਜਿਹੜੇ ਯੂ نو ਸਕੇਡਿਊਲ 100 ਤੇ 125 ਕਿ ਤੁਹਾਡੇ ਕਿੰਨਾ ਰੈਵਨਿਊ ਹੈਗਾ ਉਹ ਸਾਰੀ ਚੀਜ਼ਾਂ ਲਈ ਵੀ ਹੋਰ ਇਨਫੋਰਮੇਸ਼ਨ ਵੀ ਉਹ ਮੰਗ ਸਰਵੇ ਲੈਟਰ ਹੁਣ ਆਪਾਂ ਗੱਲ ਕਰਦੇ ਸਕੋਰਿੰਗ ਫੈਕਟਰਸ ਸੋ ਇੱਕ ਚੀਜ਼ ਤੁਹਾਨੂੰ ਧਿਆਨ ਰੱਖਣੀ ਹੈ ਕਿ ਜਸਟ ਤੁਹਾਡਾ ਐਕਸਪ੍ਰੈਸ਼ਨ ਆਫ ਇੰਟਰਸਟ ਜੇ ਰੀਟ ਹੋ ਗਿਆ ਡਸਨਟ ਮੀਨ ਕਿ ਤੁਸੀਂ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਇਨਵੀਟੇਸ਼ਨ ਜਿਹੜਾ ਔਨ ਦੇ ਜਿਹੜੇ ਦੋ ਮੋٹے ਮੋٹے ਜਿਹੜੀਆਂ ਕ੍ਰਾਈਟੇਰੀਆ ਪਹਿਲਾ ਕ੍ਰਾਈਟੇਰੀਆ ਤਾਂ ਆਫਕੋਰਸ ਆਫਟਰ ਮੀਟਿੰਗ ਅਲਿਜੀਬਿਲਿਟੀ ਅਲਿਜੀਬਿਲਿਟੀ ਤਾਂ ਉਸੇ ਮੀਟ ਕਰਨੀ ਕਰਨੀ ਹੈ ਆਫਟਰ ਮੀਟਿੰਗ ਅਲਿਜੀਬਿਲਿਟੀ ਸੋ देयर आर ਟੂ ਕ੍ਰਾਈਟੇਰੀਆਸ ਪਹਿਲੀ ਹੈਗਾ ਕਿ ਤੁਹਾਡੇ ਸਕੋਰ ਕਿਨੇ ਬੰਦੇ ਆ ਰਾਈਟ ਉਹ ਸਕੋਰ ਕਿਸ ਚੀਜ਼ ਤੇ ਬੰਦੇ ਆ ਜਿਹੜੇ ਇਹਨਾਂ ਦੇ ਜਿਹੜੇ 8 ਫੈਕਟਰਸ ਹੈਗੇ ਜਾਂ 9 ਫੈਕਟਰਸ ਆ ਇਨ ਥਿਸ ਸਪੈਸਿਫਿਕ ਸਟ੍ਰੀਮ ਜਿਵੇਂ ਜੋਬ ਆਫਰ ਦੇ ਟਾਇਰ ਦੇ ਪੁਆਇੰਟਸ ਹੈਗੇ ਆ ਬ੍ਰਾਡ ਓਕਿਊਪੇਸ਼ਨ ਦੇ ਪੁਆਇੰਟ ਆ ਤੁਹਾਡੀ ਕਿੰਨੀ ਵੇਜ ਆ ਉਹਦੇ ਪੁਆਇੰਟਸ ਹੈਗੇ ਆ ਵਰਕ ਪਰਮਿਟ ਸਟੇਟਸ ਦੇ ਪੁਆਇੰਟ ਆ ਕਿੰਨੀ ਦੇ ਤੁਸੀਂ ਏਮਪਲੋਇਰ ਨਾਲ ਕੰਮ ਕੀਤਾ ਉਹਦੇ ਪੁਆਇੰਟਸ ਆ ਲੈਂਗੁਏਜ ਦੇ ਪੁਆਇੰਟਸ ਆ ਤੇ ਕਿੱਥੇ ਲੋਕੇਸ਼ਨ ਉਹਦੇ ਪੁਆਇੰਟਸ ਆ ਤੇ ਕਿੰਨੀ ਤੁਹਾਨੂੰ ਲੈਂਗੁਏਜਸ ਆਉਂਦੀ ਆ ਉਹਦੇ ਪੁਆਇੰਟਸ ਆ ਤੇ ਲਾਸਟ ਪਰ ਜਿਹੜਾ ਮੈਂ ਮਿਸ ਕਰ ਗਿਆ ਸੀ ਕੈਨੇਡIAN ਵਰਕ ਐਕਸਪੀਰੀਅੰਸ ਅਰਨਿੰਗ ਹਿਸਟਰੀ ਕਿ ਤੁਹਾਡੇ ਪਿਛਲੇ 5 ਸਾਲਾਂ 'ਚ ਕਿਸੇ ਇੱਕ ਪਾਰਟਿਕਲ ਸਾਲ 'ਚ 40000 ਤੋਂ ਉੱਪਰ ਤੁਹਾਡਾ ਇਨਕਮ ਸੀ ਕਿ ਨਹੀਂ ਸੀ ਇਹ ਸਾਰੇ ਜਿਹੜੇ 9 ਫੈਕਟਰਸ ਹੈਗੇ ਇਹ ਡਿਸਾਈਡ ਕਰਦੇ ਆ ਕਿ ਤੁਹਾਡੇ ਐਕਚੁਅਲ ਸਕੋਰ ਕਿੰਨੇ ਆ ਤੇ ਜੇ ਤੁਹਾਡਾ ਸਕੋਰ ਕੱਟਆਫ ਤੋਂ ਉੱਪਰ ਹੈਗਾ ਥੈਟ ਇਜ਼ ਵਨ ਕ੍ਰਾਈਟੇਰੀਆ ਤੇ ਦੂਜੀ ਗੱਲ ਹੈਗੀ ਐ ਜੇ ਤਾਂ ਤੁਹਾਡਾ ਜਨਰਲ ਡਰੋ ਹੈ ਤਾਂ ਫਿਰ ਸਕੋਰ ਦੇ ਬੇਸ ਤੇ ਤੁਹਾਨੂੰ ਇਨਵੀਟੇਸ਼ਨ ਆ ਜਾਣਾ ਹੈ ਪਰ ਜੇ ਉਹ ਟਾਰਗੇਟਡ ਡਰਾ ਹੈ ਜਿਹੜੇ ਟਾਰਗੇਟਡ ਡਰਾ ਬਹੁਤ ਬੜੇ ਕਾਮਨ ਐਸ ਪਰਟੀਕਲ ਸਟ੍ਰੀਮ ਦੇ ਵਿੱਚ ਕਿ ਜਿਵੇਂ ਉਹ ਜਰਨਲਿਸਟ ਸਕਿਲਡ ਟ੍ਰੇਡਸ ਵਾਲਿਆਂ ਨੂੰ ਇਨਵਾਈਟ ਕਰਦੇ ਜਾਂ ਹੈਲਥ ਵਾਲਿਆਂ ਨੂੰ ਜਾਂ ਤੇ ਜਾਂ ਆਈਟੀ ਵਾਲਿਆਂ ਨੂੰ 온ਟਾਰੀਓ ਦੇ ਬਿਸ਼ੁਰੂ ਤੋਂ ਇਹ ਹੈ ਕਿ ਉਹ ਇਨ੍ਹਾਂ ਚ ਤਿੰਨ ਚੀਜ਼ਾਂ ਤੇ ਹੀ ਆਲੇ ਦੋਲੇ ਘੁੰਮਦਾ ਕਿ ਵੀ ਸਕਿਲ ਟ੍ਰੇਡਸ ਹੋ ਗਈ ਹੈ ਹੈਲਥ ਹੋ ਗਈ ਤੇ ਆਈਟੀ ਹੋ ਗਈ ਅਗਰ ਇਨ੍ਹਾਂ ਦੇ ਵਿੱਚ ਤੁਹਾਡਾ ਜਿਹੜਾ ਓਕਿਪੇਸ਼ਨ ਆਉਂਦਾ ਤਾਂ ਉਹ ਜਿਹੜੀ ਕੱਟਆਫ ਕਈ ਵਾਰੀ ਘੱਟ ਵੀ ਹੁੰਦੀ ਆ ਰਾਈਟ ਹੁਣ ਆਪ ਅਗਰ ਕੇਸ ਸਟਡੀ ਦੀ ਗੱਲ ਕਰੀ ਤਾਂ ਮੈਂ ਇੱਕ ਅਸਿਊਮ ਕਰਦਾ ਕਿ ਵੀ ਮੀਰੀਨ ਵੇਚ ਵਿੱਚ ਕਿਸ਼ਨਰ ਦੀ ਆਪਾਂ ਤਿੰਨ ਜਿਹੜੇ ਪ੍ਰੋਫਾਈਲ ਜਿਹੜੇ ਕਾਮਨ ਪ੍ਰੋਫਾਈਲ ਆ ਉਹਦੇ ਦੇਖ ਲੈਣੇ ਇੱਕ ਹੈਗਾ ਫੂਡ ਸਰਵਿਸ ਸੁਪਰਵਾਈਜ਼ਰ ਵੀ ਉਹ ਵੀ ਕੰਮ ਕਰ ਰਿਹਾ ਜੀਟੀਏ ਤੋਂ ਆਊਟਸਾਈਡ ਤੇ ਫਿਰ ਹੈਗਾ ਕੁੱਕ ਹੈਗਾ 63200 ਤੇ ਟਰੱਕ ਡਰਾਈਵਰ 73300 ਜਿਹੜੀ ਮੀਡੀਅਨ ਸੈਲਰੀ ਹੈਗੀ ਆ ਕਿਚਨਰ ਚ ਉਹਨਾਂ ਦੀ ਹੈਗੀ 17 ਡਾਲਰ ਤੇ ਜਿਹੜੀ ਕੁੱਕ ਦੀ ਹੈਗੀ ਉਹ 16.55 ਸੈਂਸ ਆ ਤੇ ਜਿਹੜੀ ਟਰੱਕ ਡਰਾਈਵਰ ਦੀ 25 ਸੋ ਇਹ ਤਾਂ ਮੀਡੀਅਨ ਸੈਲਰੀ ਐ ਇਸ ਤੋਂ ਉੱਪਰ ਹੋ ਸਕਦੀ ਸੈਲਰੀ ਜੇ ਜਿੰਨੀ ਤੁਹਾਡੀ ਸਾਨੂੰ ਉੱਪਰ ਹੋਊਗੀ ਉਹਨੇ ਹੀ ਜਿਹੜੇ ਪੁਆਇੰਟਸ ਹੈਗੇ ਆ ਪਰ ਵੇਜ ਦੇ ਜਿਆਦਾ ਬਣ ਗਏ ਸੋ 17 ਤੱਕ ਘੱਟੋ ਘੱਟ ਹੋਣੀ ਚਾਹੀਦੀ ਹੈ ਜਿਵੇਂ ਫॉर एग्जांपल ਫੂਡ ਸਰਵਿਸ ਸੁਪਰਵਾਈਜ਼ਰ ਤੇ ਇਸ ਤੋਂ ਉੱਪਰ ਜਿੰਨੀ ਮਰਜ਼ੀ ਹੋ ਸਕਦੀ ਹੈ ਰਾਈਟ ਤਾਂ ਕਿ ਸਕੋਰਿੰਗ ਫੈਕਟਰ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਆਪਾਂ ਪਤਾ ਹੈ ਕਿ ਜਿਹੜੇ ਟਾਇਰ ਕੈਟਾਗਰੀ ਦੇ ਸੋ ਟਾਇਰ A ਆਉਂਦਾ ਹੈਗਾ ਸਾਰੇ ਆਉਂਦੇ ਆ 2 ਜਾਂ 3 ਚ ਸੋ 2 ਐਂਡ 3 ਦੇ ਜਿਹੜੇ ਟਾਇਰ ਦੇ ਸਕੋਰ ਸੀਗੇ ਉਹ ਬਣਦੇ ਆ 8 ਉਹ 8 ਕਿੱਦਾਂ ਬਣਦੇ ਆ ਆ ਤੁਸੀਂ ਦੇਖ ਲਓ ਕਿ ਪਿੱਛੇ ਲਿਖਿਆ ਟਾਇਰ ਦਾ ਪਹਿਲਾ ਦਾ ਫੈਕਟਰ ਹੈਗਾ ਉਹਦੇ 8 ਪੁਆਇੰਟ ਹੈ ਫਿਰ ਹੈਗਾ ਓਕਿਊਪੇਸ਼ਨਲ ਕੈਟਾਗਰੀ ਰਾ ਫਰਸਟ ਰੀਜਡ ਹੈ ਉਹ ਹੈਗਾ ਓਕੂਪੇਸ਼ਨ ਕੈਟੇਗਰੀ ਦੋ ਦੋ 6 ਚ 7 ਚ ਜਿਹੜੇ 6 ਵਾਲੇ ਉਹਨਾਂ ਦੇ ਸਿਰਫ 3 ਪੁਆਇੰਟਸ ਹੈ ਤੇ ਜਿਹੜਾ 7 ਵਾਲਾ ਉਹਦਾ 7 ਪੁਆਇੰਟਸ ਹੈ ਫਿਰ ਹੈ ਵੇਜ ਵੇਜ ਹੁਣ ਮੈਂ ਅਸਿਊਮ ਕੀਤੀ ਕਿ ਕਿਸੇ ਨੂੰ 17 ਮਿਲ ਰਹੀਆਂ ਕਿਸੇ ਨੂੰ 16.55 ਮਿਲ ਰਹੀਆਂ ਜੇ ਤੁਹਾਡੇ 20 ਤੋਂ ਘੱਟ ਹੈਗੀ ਵੇਜ ਤਾਂ 0 ਪੁਆਇੰਟ ਆ ਪਰ ਹੁਣ ਟਰੱਕ ਡਰਾਈਵਰ ਦੀ ਘੱਟੋ ਘੱਟ ਵੇਜ 25 ਹੋਣੀ ਚਾਹੀਦੀ ਆ ਤਾਂ ਇਸ ਕਰਕੇ 25 ਤੇ 6 ਪੁਆਇੰਟ ਸਿੱਗੇ ਫਿਰ ਵਰਕ ਪਰਮਿਟ ਸਟੇਟਸ ਜੇ ਤੁਹਾਡੇ ਕੋਲ ਨਹੀਂ ਵਰਕ ਪਰਮਿਟ ਤਾਂ 0 ਪੁਆਇੰਟ ਨਹੀਂ ਤਾਂ 10 ਪੁਆਇੰਟਸ ਫਿਰ ਜ ਆਫਰ ਏਮਪਲੋਇਰ ਸੋ ਆਪਾਂ ਅਸਿਊਮ ਕਰ ਰਹੇ ਕਿ 6 ਮਹੀਨੇ ਤੋਂ ਤੁਹਾਨੂੰ ਵੱਧ ਕੰਮ ਕਰਦੇ ਹੋਗੇ ਜਿਸ ਏਮਪਲੋਇਰ ਨੇ ਤੁਹਾਨੂੰ ਜੌਬ ਆਫਰ ਦਿੱਤੀ ਹੈ ਸੋ 333 ਸਾਰਨ ਦੇ ਤੇ ਫਿਰ ਇੱਕ ਕੈਨੇਡੀਅਨ ਵਰਕ ਐਕਸਪੀਰੀਅੰਸ ਅਰਨਿੰਗ ਹਿਸਟਰੀ ਆਪਾਂ ਅਸਿਊਮ ਕਰ ਰਹੇ ਕਿਉਂਕਿ ਤੁਹਾਡੀ ਸੈਲਰੀ 17 ਡਾਲਰ ਹੈ ਜਾਂ 16 ਡਾਲਰ ਹੈ ਤਾਂ ਤੁਹਾਡੇ 40000 ਬੰਨੇ ਨਹੀਂ ਕਿਸੇ ਪਾਰਟਿਕੂਲਰ ਈਅਰ ਦੇ ਵਿੱਚ ਲੈਸੇ ਤੁਸੀਂ ਇੱਕ ਸਾਲ ਕੰਮ ਵੀ ਕੀਤਾ ਕੈਨੇਡਾ ਚ ਤਾਂ ਪਰ ਟਰੱਕ ਡਰਾਈਵਰ ਨੇ ਅਗਰ ਕੰਮ ਕੀਤਾ ਇੱਕ ਸਾਲ ਤਾਂ ਉਹਨੂੰ ਤਿੰਨ ਪੁਆਇੰਟਸ ਮਿਲ ਸਕਦੇ ਕਿਉਂਕਿ ਅਗਰ ਉਹ 25 ਦੇ ਹਿਸਾਬ ਨਾਲ ਕਰੀਏ ਤਾਂ ਉਹ 40000 ਤੋਂ ਉੱਪਰ ਬਣ ਜਾਂਦੀ ਹੈ ਫਿਰ ਆਫੀਸ਼ੀਅਲ ਲੈਂਗੁਏਜ ਅਬਿਲਟੀ ਆਪ ਅਸਿਊਮ ਕਰਦੇ ਆ ਕਿ ਵੀ ਜਿਹੜਾ CLB 8 ਲੈਵਲ ਹੈਗਾ CLB 8 ਆਪਾਂ ਅਸਿਊਮ ਕਰਦੇ ਆ ਫੂਡ ਸਰਵਿਸ ਸੁਪਰਵਾਈਜ਼ਰ ਤੇ ਕੁੱਕ ਲਈ ਤੇ ਆਪਾਂ CLB 4 ਅਸਿਊਮ ਕਰਦੇ ਆ ਟਰੱਕ ਡਰਾਈਵਰ ਲਈ ਹੁਣ ਅਗਰ ਤੁਹਾਡੇ CLB 8 ਆ ਰਾਈਟ ਜੀ ਦਾ ਮਤਲਬ ਹੈ ਕਿ ਜਿਵੇਂ ਜਨਰਲ ਦੀ ਗੱਲ ਕਰਾਂ 7.5 ਹੈਗੇ ਆ ਲਿਸਟਿੰਗ ਚ ਬਾਕੀ ਸਾਰਿਆਂ ਚ ਹੈਗੇ 6.5 ਤਾਂ ਤੁਹਾਡੇ ਜਿਹੜੇ ਸਕੋਰ ਆ 6 6 ਬੰਦੇ ਹੈਗੇ ਆ ਇਨ ਫਾਰ ਬੋਥ ਫੂਡ ਸਰਵਿਸ ਸੁਪਰਵਾਈਜ਼ਰ ਤੇ ਕੁੱਕ ਬਟ ਟਰੱਕ ਡਰਾਈਵਰ ਨੂੰ ਕੋਈ ਸਕੋਰ ਨਹੀਂ ਮਿਲਣਾ ਕਿਉਂਕਿ ਉਹਦੀ 4 ਹੀ ਹੈਗੇ ਸਿਰਫ ਹੁਣ ਆਪਾਂ ਗਾਣ ਨੌਲੇਜ ਆਫ ਫੀਸ਼ਲ ਲੈਂਗੁਏਜ ਲੈਟਸ ਸੇ ਜਿਹੜਾ ਫੂਡ ਸਰਵਿਸ ਸੁਪਰਵਾਈਜ਼ਰ ਹੈ ਉਹਨੂੰ ਇਹਦੇ 5 ਪੁਆਇੰਟ ਮਿਲ ਜਾਂਦੇ ਆ ਅ ਕਿਉਂਕਿ ਉਹਨੂੰ ਇੱਕ ਲੈਂਗੁਏਜ ਆਉਂਦੀ ਹੈ ਲੈਸ ਸ ਇੰਗਲਿਸ਼ ਹ ਕੁੱਕ ਨੂੰ ਵੀ ਇੱਕ ਲੈਂਗੁਏਜ ਆਉਂਦੀ ਹੈ ਇੰਗਲਿਸ਼ ਟਰੱਕ ਡਰਾਈਵਰ ਨੂੰ ਕੋਈ ਲੈਂਗੁਏਜ ਨਹੀਂ ਆਉਂਦੀ ਉਹਦੇ ਸਕੋਰ ਬਹੁਤ ਹੀ ਘੱਟ ਹੈ ਤੁਹਾਨੂੰ 0 ਮੰਨ ਲੈਣੇ ਫਿਰ ਇਹ ਲੋਕੇਸ਼ਨ ਆਫ ਜੌਬ ਆਫਰ ਆਪਾਂ ਮੈਂ ਕਿਸ਼ਨਰ ਰੈਜ਼ਿਊਮ ਕੀਤਾ ਤਾਂ ਕਿਸ਼ਨਰ ਮਤਲਬ ਹੋ ਕੇ ਆਊਟਸਾਈਡ ਜੀਟੀਏ ਐਂਡ ਆਊਟਸਾਈਡ ਨਦਰਨ অন্ਟਾਰੀਓ ਤਾਂ ਉਹਦੇ 8 ਪੁਆਇੰਟ ਮਿਲ ਜਾਂਦੇ ਸਾਰਿਆਂ ਨੂੰ 8 ਮਿਲ ਗਏ ਤੁਸੀਂ ਦੇ ਰਾਈਟ ਹੁਣ ਟਰੱਕ ਡਰਾਈਵਰ ਵਾਲਾ ਵਿਦਆਊਟ ਇਵਨ ਹੈਵਿੰਗ ਐਕਸਪੀਰੀਅੰਸ ਤੇ ਉਹਨਾਂ ਦੇ ਪੁਆਇੰਟ ਬਣ ਰਹੇ ਹੈਗੇ ਰਾਈਟ ਸੋ ਅਗਰ ਆਪਾਂ ਰੀਸੈਂਟ ਰੌ ਦੀ ਗੱਲ ਕਰੀਏ ਜਿਹੜਾ ਨੈਕਸਟ ਤਿਆਰ ਹੈ ਹੈਗਾ 2024 ਚ ਦਰੋੜ ਡਰਾ ਨਿਕਲੇ ਹੈਗੇ ਇਹਦੇ ਵਿੱਚ ਸੋ ਲਾਸਟ ਜਿਹੜਾ ਡਰਾ ਸੀਗਾ ਜਿਹੜਾ 19th ਨੂੰ ਸੀਗਾ ਉਹ ਸੀਗਾ 올 ਪ੍ਰੋਗਰਾਮ ਜਨਰਲ ਡਰਾ ਉਹ ਚ 50 ਪੁਆਇੰਟਸ ਹੈ ਅਗਰ 50 ਪੁਆਇੰਟਸ ਹੈ ਹੁਣ 50 ਪੁਆਇੰਟਸ ਨਾ ਹੀ ਫੂਡ ਸਰਵਿਸ ਸੁਪਰਵਾਈਜ਼ਰ ਦੇ ਬੰਦੇ ਨਾ ਹੀ ਕੁੱਕ ਦੇ ਬੰਦੇ ਨਾ ਹੀ ਟਰੱਕ ਡਰਾਈਵਰ ਦੇ ਬੰਦੇ ਰਾਈਟ ਬਟ ਬਣ ਸਕਦੇ ਹੈਗੇ ਅਗਰ ਉਹ ਵੇਜੇਸ ਆਵਦੀਆਂ ਆਵਾਜਨ ਉਹਨਾਂ ਦੀਆਂ ਜਾਂ ਫਿਰ ਉਹਨਾਂ ਦੇ ਜਿਹੜੇ ਵੇਜੇਸ ਵਾਜਣਗੇ ਤਾਂ ਅਰਨਿੰਗ ਹਿਸਟਰੀ ਬਣ ਸਕਦੀ ਹੈ ਉਹਦੇ ਨਾਲ ਵੀ ਬਣ ਸਕਦੇ ਤੇ ਜੇ ਉਹ ਉਹਨਾਂ ਨੂੰ ਜੌਬ ਨਦਰਨ ਅਨਟਾਰੀਓ ਚ ਆ ਤਾਂ ਉਹਦੇ ਦੋ ਪੁਆਇੰਟਸ ਉਹ ਕਰ ਕਰਾ ਕੇ ਉਹਨਾਂ ਦੇ ਬਣ ਸਕਦੇ 50 ਪੁਆਇੰਟਸ ਰਾਈਟ ਬਟ ਹੁਣ ਆਪਾਂ ਗੱਲ ਕਰੀਏ ਟਰੱਕ ਡਰਾਈਵਰ ਦੇ ਟਰੱਕ ਡਰਾਈਵਰ ਦੇ 45 ਪੁਆਇੰਟਸ ਬਣ ਰਹੇ ਹੈ ਜਿਹੜਾ ਤੇ ਜਨਰਲ ਡਰਾਅ ਹੈ ਉਹਦੇ ਚ ਤਾਂ ਨਹੀਂ ਆਊਗਾ ਬਟ ਜਦੋਂ ਤੁਸੀਂ ਕੋਈ ਸਕਿੱਲ ਟ੍ਰੇਡਰ ਦੇ ਵਿੱਚ ਜਿਹੜਾ ਡਰਾਅ ਸੀ ਸਭ 33 ਦਾ ਸੀ ਤੇਰੇ ট্রাক ਡਰਾਈਵਰ ਸੀਗੇ ਉਹ ਇਨਵਾਈਟਿਡ ਸੀਗੇ ਇਹ ਪਰਟੀਕੂਲਰ ਡਰਾ ਦੇ ਵਿੱਚ ਸੋ ਇੱਕ ਬੜੀ ਇੰਟਰਸਟਿੰਗ ਚੀਜ਼ ਹੈਗੀ ਹੈ ਕਿ ਜਸਟ 33 ਪੁਆਇੰਟਸ ਤੇ ਵੀ ট্রাক ਡਰਾਈਵਰਸ ਤੇ ਹੋਰ ਜਿਹੜੇ ਟ੍ਰੇਡਸ ਕਦੇ ਪਲੰਬਰ ਇਲੈਕਟ੍ਰੀਸ਼ੀਅਨ ਤੇ ਕਾਫੀ ਸਾਰੀ ਲਿਸਟ ਆਉਣਾ ਦੇ ਉਹਨਾਂ ਦੇ ਵਿੱਚ ਉਹ ਐਲੀਜੀਬਲ ਹੋ ਸਕਦੇ ਆ ਸੋ ਬਹੁਤ ਹੀ ਵਧੀਆ ਸਟਰੀਮ ਹੈਗੇ ਜਿਨ੍ਹਾਂ ਦੇ ਕਿਤੇ ਹੋਰ ਨਹੀਂ ਕੁਝ ਬੰਦਾ ਉਹ ਇੱਥੇ ਅਪਲਾਈ ਕਰ ਸਕਦੇ ਆ ਹੁਣ ਆਪਾਂ ਗੱਲ ਕਰਾਂਦੇ ਪ੍ਰੋਸੈਸ ਟੂ ਅਪਲਾਈ ਜਿਵੇਂ ਕਿ ਮੈਂ ਦੱਸਿਆ ਸੀਗਾ ਸਭ ਤੋਂ ਪਹਿਲਾਂ ਐਕਸਪ੍ਰੈਸ਼ਨ ਆਫ ਇੰਟਰਸਟ ਕ੍ਰੀਏਟ ਕਰਨਾ ਉਸ ਤੋਂ ਬਾਅਦ ਤੁਸੀਂ ਆਪਣਾ ਅਟੈਸਟੇਸ਼ਨ ਫਾਰਮ ਵੀ ਉਦੋਂ ਹੀ ਭਰ ਲੈਣਾ ਜਦੋਂ ਤੁਸੀਂ ਰਜਿਸਟਰ ਕੀਤਾ ਸੀਗਾ ਫਿਰ ਜੇ ਤੁਹਾਨੂੰ ਇਨਵੀਟੇਸ਼ਨ ਆਇਆ ਤੁਸੀਂ 14 ਦਿਨਾਂ ਦੇ ਅੰਦਰ ਅੰਦਰ ਕੈਲੰਡਰ ਡੇਜ਼ ਹੋਣਗੇ ਸਿਰਫ ਤੁਹਾਡੇ ਕੋਲੇ ਉਹਦੇ ਵਿੱਚ ਤੁਸੀਂ ਆਪਣੀ ਫਾਈਲ ਜਿਹੜੀ ਆ ਉਹ ਸਬਮਿਟ ਕਰ ਦਨੀ ਹੈ ਜੇ ਤੁਹਾਨੂੰ ਨੋਮੀਨੇਸ਼ਨ ਮਿਲ ਗਿਆ ਉਹਦੇ ਬੇਸ ਤੇ ਤੁਸੀਂ ਆਪਣੀ ਪੀਆਰ ਅਪਲੀਕੇਸ਼ਨ ਲਾ ਦੇਣੀ ਵਿਦਨ 6 ਮਨ ਰਾਈਟ ਤੇ ਜੇ ਕਿਸੇ ਦਾ ਵਰਕ ਪਰਮਿਟ ਖਤਮ ਵੀ ਹੋਣ ਵਾਲਾ ਹੋਇਆ ਜਿਵੇਂ ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋ ਸੋ ਉਸ ਕੇਸ ਦੇ ਵਿੱਚ ਤੁਹਾਨੂੰ ਵਰਕ ਪਰਮਿਟ ਸਪੋਰਟ ਲੈਟਰ ਵੀ ਮਿਲ ਜਾਂਦੀ ਤੇ ਤੁਸੀਂ ਜਿਹੜਾ ਤੁਹਾਡਾ EMPLOYER ਕੰਪਨੀ ਹੈ ਸਪੀ ਫੀਪ ਉਹ ਕਰਕੇ ਤੇ EMPLOYER ਨੰਬਰ ਜਨਰੇਟ ਕਰਕੇ ਉਹ ਤੁਹਾਨੂੰ ਦੇ ਦਿੰਦਾ ਤਾਂ ਤੁਸੀਂ ਆਪਣਾ ਜਿਹੜਾ ਵਰਕ ਪਰਮਿਟ ਵੀ ਐਕਸਟੈਂਡ ਕਰਾ ਸਕ ਪਏਗੇ ਰਾਈਟ ਸੋ ਇਫ ਯੂ ਨੀਡ ਮਾਈ ਹਲਪ ਮਾਈ ਕੰਟੈਕਟ ਇਨਫੋਰਮੇਸ਼ਨ ਇਜ਼ 4378487200 ਤੁਸੀਂ ਆਪਣੀ ਜਿਹੜੀ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ on www.delimmigration.com ਤੇ ਜਾ ਕੇ ਤੇ ਜੇ ਤੁਹਾਨੂੰ ਅਰਜੈਂਟ ਅਪਾਇੰਟਮੈਂਟ ਵੀ ਚਾਹੀਦੀ ਹੈਗੀ ਯੂ ਕੈਨ ਆਲਵੇਸ ਗਿਵ ਮੀ ਅ ਕਾਲ ਜੇ ਤੁਹਾਨੂੰ ਕੋਈ ਟਾਈਮ ਨਹੀਂ ਸੂਟ ਕਰਦਾ ਗਿਵ ਮੀ ਅ ਕਾਲ ਆਈ ਊਡ ਬੀ ਏਬਲ ਟੂ ਕਾਮੋਡੇਟ ਯੂ ਮੋਸਟ ਲਾਈਕਲੀ ਤੇ ਮੇਰਾ YouTube ਹੈਂਡਲ ਹੈ @dilsandhu talks ਇਥੇ ਕਾਫੀ ਵੀਡੀਓਜ਼ ਬਣਾਈ ਬਣਾਈਆਂ ਹੈਗੀਆਂ ਸਾਰੇ ਡਿਫਰੈਂਟ ਪੀਆਰ ਪਾਥਵੇਸ ਤੇ ਪਲੀਜ਼ ਮੇਕ ਸ਼ੋਰ ਕਿ ਤੁਸੀਂ ਲਾਈਕ ਕਰੋ ਚੈਨਲ ਨੂੰ ਤੇ ਸਬਸਕ੍ਰਾਈਬ ਕਰੋ ਸ਼ੇਅਰ ਵਿਦ ਯੋਰ ਲਵਡ ਵਨਸ অর ਐਨੀਵਨ ਹੂ ਯੂ ਫਾਈਂਡ ਇਟ ਇਟ ਊਲ ਬੀ ਵੈਲਿਊਏਬਲ ਟੂ ਤੇ ਹਿਟ ਦ ਬੈਲ ਆਈਕਨ ਜੇ ਤਾਂ ਜੋ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਇਨ ਅਵਰ ਆਈ ਕ੍ਰੀਏਟ ਅ ਨਿਊ ਵੀਡੀਓ ਸੋ ਥੈਂਕ ਯੂ ਸੋ ਮੱਚ ਐਂਡ I ਵਿਸ਼ ਯੂ 올 ਦ ਵੈਰੀ ਬੈਸਟ ਫਾਰ ਯੋਰ ਕੈਨੇਡੀਅਨ ਜਰਨੀ